ਗੁਰਦੁਆਰਾ ਨਾਨਕ ਪਿਆਓ ਸਾਹਿਬ ਇੱਕ ਇਤਿਹਾਸਕ ਗੁਰਦੁਆਰਾ ਹੈ ਜੋ ਦਿੱਲੀ ਦੇ ਉੱਤਰ ਵਿੱਚ ਪੁਰਾਣੇ ਜੀਟੀ ਰੋਡ ਤੇ ਸਥਿਤ ਹੈ। ਇਹ ਗੁਰਦੁਆਰਾ ਸਾਹਿਬ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ। ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਪਾਪਾਂ ਦਾ ਤਿਆਗ ਕਰਕੇ ਸੱਚ ਦੀ ਪ੍ਰਾਪਤੀ ਦੇ ਰਾਹ ਪਾਉਣ ਲਈ ਸੰਸਾਰ ਭਰ ਦੀ ਯਾਤਰਾ ਕੀਤੀ। ਉਹ ਆਪਣੀ ਪੂਰਬ ਦੀ ਯਾਤਰਾ ਦੌਰਾਨ ਦਿੱਲੀ ਦੇ ਬਾਹਰਵਾਰ ਦੇ ਬਾਗਾਂ 'ਚ ਆਰਾਮ ਕਰਨ ਲਈ ਕੁਝ ਸਮਾਂ ਠਹਿਰੇ ਸਨ। ਇੱਥੇ ਹੀ ਉਹਨਾਂ ਨੇ ਸੰਗੀਤ ਦੇ ਰਾਹੀਂ ਧੁਰ ਦੀ ਬਾਣੀ ਗਾ ਕੇ ਸੱਚ ਦਾ ਸੰਦੇਸ਼ ਦਿੱਤਾ। ਪੰਡਿਤਾਂ, ਮੌਲਵੀਆਂ, ਯੋਗੀਆਂ ਅਤੇ ਸੰਨਿਆਸੀਆਂ ਨੇ ਐਸੇ ਥਾਂ 'ਤੇ ਗੁਰੂ ਨਾਨਕ ਦੇਵ ਜੀ ਨਾਲ ਵਿਚਾਰ ਵਟਾਂਦਰਾ ਕਰਕੇ ਪਰਮਾਤਮਾ ਦੀ ਪ੍ਰਾਪਤੀ ਲਈ ਕਰਮ ਕਾਂਡਾਂ ਬਾਰੇ ਆਪਣੇ ਮਨ ਦੇ ਸ਼ੰਕੇ ਦੂਰ ਕੀਤੇ। ਗੁਰਦੁਆਰਾ ਨਾਨਕ ਪਿਆਓ ਸਾਹਿਬ ਉਸ ਬਾਗ ਵਿੱਚ ਬਣਿਆ ਹੋਇਆ ਏ ਜਿੱਥੇ ਗੁਰੂ ਨਾਨਕ ਦੇਵ ਜੀ ਸੰਨ 1505 ਵਿੱਚ ਆਪਣੀ ਪੂਰਬ ਦੀ ਯਾਤਰਾ ਦੌਰਾਨ ਦਿੱਲੀ ਵਿਖੇ ਰੁਕੇ ਸਨ। ਗੁਰੂ ਨਾਨਕ ਦੇਵ ਮਹਾਰਾਜ ਜੀ ਜਦ ਇਸ ਅਸਥਾਨ 'ਤੇ ਆਏ ਤਾਂ ਉਹਨਾਂ ਨੇ ਦੇਖਿਆ ਕਿ ਜੋ ਸਿੱਖ ਸੰਗਤਾਂ ਹਨ ਸਤਿਗੁਰੂ ਜੀ ਦੇ ਨਿਆਰੇ ਬਚਨਾਂ ਨੂੰ ਸੁਣਨ ਵਾਸਤੇ ਬਹੁਤ ਹੀ ਬਹਿਬਲ ਸਨ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਸਾਹਿਬ ਭਾਈ ਮਰਦਾਨਾ ਜੀ ਵੀ ਸਨ ਔਰ ਭਾਈ ਮਰਦਾਨਾ ਜੀ ਜਦ ਦਿੱਲੀ ਦੇ ਵੱਖ ਵੱਖ ਇਲਾਕਿਆਂ ਵਿੱਚ ਗਏ ਤਾਂ ਲੋਕਾਂ ਨੇ ਪਦਾਰਥਾਂ ਦੇ ਢੇਰ ਲਗਾ ਦਿੱਤੇ ਪਰ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਜੀ ਦੀ ਆਗਿਆ ਦੇ ਨਾਲ ਉਹ ਸਾਰੇ ਪਦਾਰਥ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਜੋ ਭੇਟਾ ਸੀ ਉਹ ਕਰ ਦਿੱਤੇ। ਇਸ ਸਥਾਨ 'ਤੇ ਉਸ ਸਮੇਂ ਤੋਂ ਹੀ ਯਾਤਰੂਆਂ ਦੀ ਅਥਾਹ ਭੀੜ ਰਹਿੰਦੀ ਹੈ। ਦਿੱਲੀ ਦੇ ਬਾਹਰ ਜਿਸ ਥਾਂ 'ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਟਿਕਾਣਾ ਕੀਤਾ ਸੀ ਉਸ ਬਾਗ ਦੇ ਮਾਲਕ ਨੇ ਗੁਰੂ ਬਾਬਾ ਜੀ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਪਿਆਸੇ ਰਾਹੀਆਂ ਦੇ ਪਾਣੀ ਪੀਣ ਲਈ ਇੱਕ ਖੂਹ ਪਟਵਾਇਆ ਅਤੇ ਉਸ ਵੇਲੇ ਇਸ ਨੂੰ ਪਿਆਓ ਕਿਹਾ ਜਾਂਦਾ ਸੀ। ਇਸ ਸਥਾਨ ਦਾ ਪਵਿੱਤਰ ਜੋ ਨਾਮ ਹੈ ਨਾਨਕ ਪਿਆਓ ਸਾਹਿਬ ਦੇ ਨਾਮ ਤੋਂ ਇਹ ਪ੍ਰਚਲਿਤ ਹੈ ਜੋ ਦੇਸ਼ ਵਿਦੇਸ਼ ਵਿੱਚ ਇਸ ਨੂੰ ਸਾਰੇ ਬੜੇ ਸਤਿਕਾਰ ਦੇ ਨਾਲ ਇਸਦਾ ਨਾਮ ਲੈਂਦੇ ਹਨ ਅਤੇ ਉਹ ਪਵਿੱਤਰ ਖੂਹ ਵੀ ਅੱਜ ਇਸ ਸਥਾਨ 'ਤੇ ਮੌਜੂਦ ਹੈ ਜਿਸ ਦੇ ਅਸੀਂ ਦਰਸ਼ਨ ਕਰਕੇ ਆਪਣੇ ਆਪ ਨੂੰ ਵਡਭਾਗੀ ਸਮਝਦੇ ਹਾਂ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਇੱਕ ਨਵਾਂ ਵਿਸ਼ਵਾਸ ਅਤੇ ਜ਼ਿੰਦਗੀ ਦਾ ਅਜਿਹਾ ਰਾਹ ਵਿਖਾਇਆ ਜਿਹੜਾ ਮੁਸਲਮਾਨ ਅਤੇ ਹਿੰਦੂ ਧਰਮਾਂ ਦੇ ਅਧਿਆਤਮਵਾਦ 'ਚ ਨਹੀਂ ਸੀ। ਰੱਬ ਦੀ ਖੋਜ ਅਤੇ ਉਸ ਨੂੰ ਪ੍ਰਾਪਤ ਕਰਨ ਲਈ ਦਸਾਂ ਨੌਵਾਂ ਨਾਲ ਕਾਰ ਕਰਨ ਦੀ ਵਿਧੀ ਤਿਆਰ ਕਰਕੇ ਉਹਨਾਂ ਨੇ ਕੁਰਾਹੇ ਪਈ ਜਨਤਾ ਨੂੰ ਸੌਖਾ ਅਤੇ ਮਿੱਤਰਤਾ ਵਾਲਾ ਪਾਠ ਪੜ੍ਹਾਇਆ। ਅੱਗੇ ਜਾ ਕੇ ਉਹਨਾਂ ਦੀ ਗੱਦੀ 'ਤੇ ਬਿਰਾਜਮਾਨ ਹੋਣ ਵਾਲੇ ਨੌ ਉੱਤਰਾਧਿਕਾਰੀਆਂ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਨਾਨਕ ਦੇ ਹੀ ਪਾਠ ਨੂੰ ਅੱਗੇ ਵਧਾਇਆ ਏ। ਗਰਮੀਆਂ ਵਿੱਚ ਦੂਰ ਦੂਰ ਤੋਂ ਇਸ ਰਸਤੇ ਰਾਹੀਂ ਲੰਘਣ ਵਾਲੇ ਰਾਹੀਆਂ ਦੀ ਪਿਆਸ ਇੱਥੋਂ ਦੇ ਸ਼ੀਤਲ ਜਲ ਨਾਲ ਠੰਡੀ ਹੁੰਦੀ ਸੀ ਅਤੇ ਉਹਨਾਂ ਦੀ ਭੁੱਖ ਮਿਟਾਉਣ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਸੀ।
ਗੁਰੂ ਨਾਨਕ ਦੇਵ ਜੀ ਦੀ ਯਾਤਰਾ ਦੌਰਾਨ ਬਣਿਆ ਖੂਹ ਇੱਥੇ ਅੱਜ ਵੀ ਮੌਜੂਦ ਹੈ। ਸਿੱਖ ਸੰਗਤਾਂ ਠੰਡੇ ਮਿੱਠੇ ਜਲ ਨੂੰ ਛੱਕ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਦੇ ਹਨ। ਇਸ ਸਥਾਨ 'ਤੇ ਆਏ ਗਏ ਵਾਸਤੇ ਗੁਰੂ ਕਾ ਲੰਗਰ ਹੈ। ਬਿਨਾਂ ਕਿਸੇ ਭੇਦਭਾਵ ਤੋਂ ਸਾਰਿਆਂ ਨੂੰ ਗੁਰੂ ਕਾ ਲੰਗਰ ਛਕਾਇਆ ਜਾਂਦਾ ਹੈ। ਗੁਰਦੁਆਰਾ ਨਾਨਕ ਪਿਆਓ ਸਾਹਿਬ ਸਿਰਫ ਸਿੱਖਾਂ ਲਈ ਹੀ ਨਹੀਂ ਬਲਕਿ ਸੰਸਾਰ ਭਰ ਦੇ ਲੋਕਾਂ ਲਈ ਆਪਸੀ ਮਿੱਤਰਤਾ ਅਤੇ ਭਾਈਚਾਰਾ ਬਣਾਉਣ ਅਤੇ ਸੇਵਾ ਦੇ ਮਾਰਗ ਦਾ ਪ੍ਰਤੀਕ ਹੈ। ਕਾਫੀ ਸਾਲਾਂ ਤੋਂ ਅਸੀਂ ਆ ਰਹੇ ਹਾਂ ਇੱਥੇ, ਸੇਵਾ ਕਰਦੇ ਹਾਂ, ਸੇਵਾ ਨਾਲ ਜੁੜੇ ਹੋਏ ਹਾਂ। ਸੇਵਾ ਜੋੜੇ ਘਰ 'ਚ ਸਿਲਾਈ ਦੀ ਕਰੀ ਦੀ ਹੈ, ਪਾਲਿਸ਼ ਦੀ ਅੱਛੀ ਲੱਗਦੀ ਹੈ। ਗੁਰੂ ਸਾਹਿਬਾਂ ਨੇ ਸੇਵਾ ਸਿਮਰਨ ਦੋਨੋਂ ਚੀਜ਼ਾਂ ਦਿੱਤੀਆਂ ਸਾਨੂੰ, ਦੋਨੋਂ ਚੀਜ਼ਾਂ ਅਸੀਂ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ। ਗੁਰੂ ਸਾਹਿਬ ਆਪ ਹੀ ਸੇਵਾ ਲੈ ਲੈਂਦੇ ਹੈ। ਦੀਨ ਦੁਨੀਆ ਦੀ ਸੇਵਾ ਕਰਨ ਅਤੇ ਭੁੱਖੇ ਪਿਆਸੇ ਨੂੰ ਭੋਜਨ ਖਵਾਉਣ ਅਤੇ ਪਾਣੀ ਪਿਆਉਣ ਦੀ ਰਵਾਇਤ ਅੱਜ ਵੀ ਇਸ ਥਾਂ 'ਤੇ ਉਸੇ ਤਰ੍ਹਾਂ ਕਾਇਮ ਹੈ ਜਿਵੇਂ 500 ਸਾਲ ਪਹਿਲਾਂ ਸੀ।